अस्सलाम वालेकुम जी दोस्तों, की हाल चाल ने तुहाडे? ठीक ठाक हो? सर्दी और शौक दोनों नाल नाल इंजॉय हो रहे हैं। और माशाल्लाह काशिफ भट्ट साहब की तरफ असी आए सी, नवी छाता भी एक जड़ा विजिट किया है। और उस तो बाद मैं भट्ट साहब नु कहा कि मैं कुछ ब्रीडर कबूतरां दा भी शौक करना है, तो भट्ट साहब आप तो नमाज पढ़ रहे हैं, तो मैं फिर जड़ा ना उन्होंने ब्रीडर केज दे विच आ गया। शहजादा है इत्थे केयर टेकर है छाता, और बड़ा प्यार वाला साडा छोटा भाई है। भट्ट साहब का राइट हैंड है, ये कोल ही सारे कबूतर होंगे ने, और यही सारा संभालदा है। कले कले कबूतर का, कले कले मादी का, कले कले बच्चे का इनू पता है। तो मैं तुम्हें शौक कराना भट्ट साहब का, देखो एक हाथ जेब च है मेरा, एक हाथ ना मोबाइल फड़े, पैर बर्फ बने हुए हैं। सर्दी बहुत है जी। जैसा माशाल्लाह केजीस बड़े प्यारे अच्छा यार, आ जड़ा कबूतर है ना, ए दो दो कट्ठे कट्ठे खड़े ना, एक उन्होंने सेंटर वाला जड़ा कबूतर है चिट्टे मत्थे वाला, ए फड़े उन्होंने ये। अच्छा जी, आप फोन भी तुसी फड़ो, दोनों फोन फड़ लो। ठीक है, मैं भी जो रूम दिखा देना। तुसी ना इनू उस सच फड़ो, उन्होंने ऐसा सच फड़ो। लो हम मैं तुम्हें ना, तुसी मेरे मोबाइल का लाया देखो जी, इधर भी माशाल्लाह। लाइट से बात। हेलो जी दोस्तों, माशाल्लाह रिंग दा करो शौक, और बड़ा ही जबरदस्त रिजल्ट जट साहब दा भी ते साडा भी, कितने ठीक है सेम जी। ने। और बड़ा सेम सेम जा चल रहा है, ते माशाल्लाह व्यूअर्स भी सेम सेम जा आ रहे हैं तकरीबन, अगर 60 हो गए ने ते 40 हो गए, ते माशाल्लाह जी चलते रहन के। यार बड़े जेड़े कबूतर ने ना मेन, वो पांच चार कबूतरां दा शौक करा दे बस। हाँ जी, लाइट ऑफ करना अपनी लाइट ऑफ। हाँ जी सर, यार तुम मैनू दिखाना ना आ मोबाइल च, मैं देख के। हाँ ठीक है, ना ना बेचारे जी। लो जी दोस्तों, करो शौक जबरदस्त। ਇਹਨੂੰ 20 ਦੇ 20 ਪਾਰ ਚੰਗੇ ਲੱਗੇ, ਔਰ ਇਹਨੂੰ ਤਿੰਨ ਗੁੱਡ ਵੀ ਲੱਗੇ ਨੇ। ਇੱਕ ਸੈਂਟਰ 'ਚ ਗੁੱਡ ਛੋਟਾ 17 ਲੱਗਿਆ ਨੂੰ, ਇਹਨੂੰ ਤਿੰਨ ਗੁੱਡ ਲੱਗੇ ਕਬੂਤਰ ਨੂੰ। ਇਹ ਕਿੰਨੇ ਨੰਬਰ ਕਬੂਤਰ ਹੈ ਬਾਈ? 41 41 ਨੰਬਰ, ਵੱਡਾ ਮੇਨ 41 ਨੰਬਰ। ਕਬੂਤਰ ਹੈ। ਹਾਂ ਠੀਕ ਹੈ, ਲਓ ਜੀ ਇਹ 41 ਨੰਬਰ ਕਬੂਤਰ। ਕੀ ਰਿਜ਼ਲਟ ਹੈ ਭਾਜਾ ਨੇ ਇਹਦਾ? ਬਹੁਤ ਅੱਛਾ ਮਾਸ਼ਾਅੱਲਾ। ਔਰ ਤੁਸੀਂ ਇਹ 1 2 3 4 4 ਪਾਰਾਂ ਦਾ ਤੁਸੀਂ ਡਾਇਰੈਕਸ਼ਨ ਵੀ ਦੇਖ ਲਓ। ਹਾਂ ਲਿਆਓ ਸਰ, ਇਹ ਕਿਹੜਾ ਸਰ? 128 ਬੜਾ, ਇਹ ਵੱਡਾ 128 ਹੈ ਜੀ। ਥੋੜ੍ਹਾ ਜਿਹਾ ਇਹਨੂੰ ਕਲੋਜ਼ ਕਰ ਲਓ, ਮੈਂ ਇੱਥੇ ਇੰਝ ਦਿਖਾ ਦਿਆ ਕਰ। ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਕਬੂਤਰਾਂ ਦਾ ਸ਼ੌਕ ਜੀ, ਦੋਨੇ ਪਲੇਟਫਾਰਮ ਤੋਂ ਇਕੱਠਾ ਹੋ ਰਿਹਾ ਤੇ ਬਹੁਤ ਜ਼ਬਰਦਸਤ ਅੰਦਾਜ਼ ਨਾਲ ਲੋ ਹੋ ਜੀ ਰਿਹਾ। ਦੋਸਤੋ, ਇਹ ਕਬੂਤਰ ਐਸਾ ਕਬੂਤਰ ਹੈ ਜਿਹਦੇ ਬੱਚੇ ਤੀਸਰੇ ਤੀਸਰੇ ਦਿਨ ਵੀ ਰੁੱਲ ਕੇ ਵੀ ਘਰ ਹੀ ਆਉਂਦੇ ਹੋਣਗੇ। ਕਿਉਂ ਵੀ ਕੁਝ ਕੀ ਕੀ ਪਰਫਾਰਮੈਂਸ ਹੈ ਦੀ ਸਿਆਣਪੁਰ ਦੇ ਵਾਲੇ ਨਾਲ? ਦੋ ਬੱਚੇ ਮਾਸ਼ਾਅੱਲਾ ਉੱਤੇ ਛੋੜੇ ਇਹਦੇ, ਅੱਛੇ ਸ਼ਾਮ ਤਾਂ ਹੀ ਗਏ, ਹੁਣ ਜੇਠ ਹੀ ਚੁੱਡਣਗੇ। ਹਾਂ ਇਹਦੇ ਨਾਲ ਜਿਹੜੀ ਮਰਜ਼ੀ ਲੱਗੀ ਉਹਦਾ ਵੀ ਸ਼ੌਕ ਕਰਾਉਂਦੇ ਕਰਾ ਦੇ। ਮੈਨੂੰ 4 ਗੋੜ ਲੱਗੇ, ਕੀ ਬਾਤ ਹੈ, ਕਿਆ ਕਹਿੰਦੇ। 41 ਨੰਬਰ ਮਾਦੀ ਹੈ ਲਓ ਜੀ, 41 ਨੰਬਰ ਮਾਦੀ, ਜ਼ਬਰਦਸਤ ਗੁੱਡ, ਕਿਆ ਬਾਤ ਹੈ।
ਤੇ ਇੱਥੋਂ ਛੱਡਣ ਵਾਲੀ ਨਹੀਂ ਹੈ। ਇਹ ਬੜਾ ਠਾਸੀ ਹਾਂਜੀ ਮੇਨ ਕਬੂਤਰ ਵੱਡਾ 88 ਜ਼ਬਰਦਸਤ ਬਹੁਤ ਕਮਾਲ। ਇਕੱਠੇ ਹੋ ਗਏ ਸ਼ਾਹੀ ਦਿਖਾਓ ਹੁਣ ਉੱਥੇ ਲਓ ਜੀ ਮਾਸ਼ਾਅੱਲਾ ਕਰੋ ਦੋਸਤੋ ਸ਼ੌਕ ਸਾਧ ਕਸ਼ ਭੱਟ ਸਾਹਿਬ ਦਾ ਬਰੀਡਰ ਟੈਡੀ ਕਬੂਤਰ ਨੇ ਸਾਰੇ ਹੀ ਇੱਕ ਹੀ ਬਰੀਡ ਦੇ ਨੇ ਟੈਡੀ ਬਰੀਡ ਦੇ ਅਤੇ ਮਾਸ਼ਾਅੱਲਾ ਬਹੁਤ ਹੀ ਸ਼ਾਨਦਾਰ ਰਿਜ਼ਲਟ ਔਰ ਬਹੁਤ ਹੀ ਮਾਸ਼ਾਅੱਲਾ ਸ਼ਾਨਦਾਰ ਕਬੂਤਰ ਜ਼ੈਨ ਬਾਈ ਦੇ ਪਲੈਟਫਾਰਮ ਤੋਂ ਵੀ ਅਤੇ ਮੇਰੇ ਪਲੈਟਫਾਰਮ ਤੋਂ ਵੀ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਸ਼ੌਕ ਤੁਹਾਨੂੰ ਦਿਖਾਇਆ ਜਾ ਰਿਹਾ ਅੱਜ ਅਤੇ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਫੋਲੋਵਰ ਸਾਨੂੰ ਫੋਲੋ ਵੀ ਕਰਨਗੇ ਅਤੇ ਪੇਜ ਨੂੰ ਵੀ ਮੇਰੇ ਨੂੰ ਲਾਈਕ ਕਰਨਗੇ। ਠੀਕ ਹੈ ਇੱਕ ਕੁੰਦਾ ਜ਼ੈਨ ਬਾਈ ਜ਼ਰਾ ਦਿਖਾਉਣਾ ਚਾਹ ਰਹੇ ਨੇ ਇੱਧਰ ਆ ਜਾਣਾ। ਲਓ ਜੀ ਦੋਸਤੋ ਅੱਜ ਦੀ ਇਹ ਸਰਦੀ ਦੇ ਵਿੱਚ ਵੀ ਆਈ ਪੀ ਕੁੰਦੇ 'ਚ ਸ਼ੁਮਾਰ ਹੈਗਾ ਜੀ ਇਹ ਜੇ 20 ਦੇ 20 ਚੰਗੇ ਔਰ ਇਹ ਜਿਸ ਵੀ ਕਬੂਤਰ ਨੂੰ ਇਹ ਕੁੰਦਾ ਲੱਗੇਗਾ ਜਿਸ ਵੀ ਕਬੂਤਰ ਨੂੰ ਇਹ ਕੁੰਦਾ ਲੱਗਾ ਹੋਏਗਾ ਇਨਸ਼ਾਅੱਲਾ ਤਾਲਾ ਅੱਲਾ ਦੀ ਮਿਹਰਬਾਨੀ ਨਾਲ 100% ਰਿਜ਼ਲਟ ਦੇਗਾ ਜ਼ਬਰਦਸਤ। ਤੇ ਗੁੱਜਰ ਸਾਹਿਬ ਕੀ ਕਹੋਗੇ ਇਸ ਕਬੂਤਰ ਬਾਰੇ ਕੀ ਆ ਕੀ ਬਹੁਤ ਅੱਛਾ ਕਬੂਤਰ ਹੈ ਬਹੁਤ ਬੱਚੇ ਡਾਏ ਉਡਾਏ ਨੇ ਨਾ ਇਹਨੇ ਬਹੁਤ ਅੱਛੇ ਜੀ ਅਲਹਮਦੁਲਿਲਾ ਦੇਖ ਲਓ ਸਾਰੇ ਦੋਸਤਾਂ ਨੂੰ ਤਸਦੀਕ ਹੋ ਗਈ ਹੈ ਔਰ ਯਕੀਨ ਕਰੋ ਵੀ ਇਹ ਅਗਰ ਤੁਹਾਡੇ ਕੋਲ ਗੁੱਜਰ ਸਾਹਿਬ ਇਹਦੇ 10 ਬੱਚੇ ਹੋਣਗੇ ਨਾ ਤੇ 10 ਦੇ 10 ਕੋਲ ਹੀ ਹੋਣਗੇ ਜ਼ਾਇਆ ਵੀ ਨਹੀਂ ਹੋਣਗੇ ਕੀ ਖਿਆਲ ਹੈ ਇਹਦੇ ਪੱਠੇ ਪੱਲੇ ਬੰਨੇ 5-4 ਲੱਗੇ ਹੋਏ ਜੁੜੇ ਪੱਠੀਆਂ ਪੱਠੇ ਪੱਲੀ ਸਾਈਡ ਤੇ ਕਮਾਲ ਹੈ ਯਾਰ ਦੇਖੋ ਕੈਸਾ ਪਰ ਹੈ ਵਾਲਾ ਹੈ ਵਾਲਾ ਹੈ ਵਾਲਾ ਕੀ ਬਾਤ ਹੈ ਇਹ ਵਾਲਾ ਠੀਕ ਇਧਰ 40 ਦੇ 40 ਅੱਛਾ ਜੀ ਗਿਣ ਕੇ ਰੱਖੇ ਲਓ ਜੀ 40 ਦੇ 40 ਚੰਗੇ ਲਓ ਜੀ ਮਾਸ਼ਾਅੱਲਾ ਜ਼ਬਰਦਸਤ ਬਹੁਤ ਹੀ ਕਮਾਲ ਦਾ ਰਿਜ਼ਲਟ ਵੀ ਜ਼ੈਨ ਬਾਈ ਦਾ ਰਿਹਾ ਅਤੇ ਕੁਛ ਕਬੂਤਰ ਮਾਸ਼ਾਅੱਲਾ ਬਹੁਤ ਕਮਾਲ ਜ਼ੂਮ ਕਰ ਰਹੇ ਹੋ ਆਲਰੇਡੀ ਨਹੀਂ ਬੜਾ ਜ਼ੂਮ ਮੈਂ ਦੱਸਦਾ ਅੱਛਾ ਹਾਂ ਠੀਕ ਹੋ ਗਿਆ ਕਮਾਲ ਹੋ ਗਿਆ ਜੀ ਜ਼ਬਰਦਸਤ ਕੀ ਬਾਤ ਹੈ ਆ ਜਿਹੜੇ ਵਾਲ ਨੇ ਨਾ ਕੰਨਾਂ ਦੇ ਆ ਮੇਰੇ ਅੰਗੂਠੇ ਦੇ ਉੱਤੇ ਜਿਹੜੇ ਆ ਉਹ ਵੀ ਭਾਵੇਂ ਗਿਣ ਲਓ ਇਹਨਾਂ ਨੂੰ ਕੋ ਕਲੋਜ਼ ਕਰਕੇ ਜ਼ਬਰਦਸਤ ਹੋ ਗਿਆ ਜ਼ੈਨ ਬਾਈ ਲਓ ਜੀ ਮੇਰਾ ਨੰਬਰ ਹੈ 03216704008 ਇਹ ਮੇਰਾ ਮੋਬਾਈਲ ਨੰਬਰ ਹੈ ਔਰ ਜ਼ੈਨ ਜੱਟ ਫੈਸਲਾਬਾਦ ਨਾਲ ਮੇਰਾ ਥੱਲਾ ਕਿ ਬਰਡ ਨਿਊਜ਼ ਮੈਗਜ਼ੀਨ ਦੇ ਚੀਫ ਐਡੀਟਰ ਹਾਂ ਮੈਂ ਫੈਸਲਾਬਾਦ ਤੋਂ ਕੁਝ ਦੋਸਤ ਪੁੱਛਦੇ ਨੇ ਕਿੱਥੋਂ ਤੇ ਇਹ ਸਾਰਾ ਜ਼ੂਮ ਕੱਟ ਕਰਿਆ ਜੀ ਮਾਸ਼ਾਅੱਲਾ ਜ਼ੂਮ ਕੱਟ ਕਰਿਆ ਜੀ ਇਹ ਤੁਸੀਂ ਪਹਿਲੇ ਦਿਖਾ ਦਿਓ ਫਿਰ ਮੈਂ ਤੁਹਾਨੂੰ ਨਾ ਇਹ ਕਿੰਨੇ ਨੰਬਰ ਕਬੂਤਰ ਹੈ ਗੁੱਜਰ ਕੀ ਕਹਿੰਦੇ ਇਹਨੂੰ ਕਬੂਤਰ ਨੂੰ ਇਹ ਘਰ ਦਾ ਹੀ ਪੱਠਾ 41 ਨੰਬਰ ਤੇ ਇਹ 41 ਦਾ ਪੱਠਾ ਹੈ ਇਹ ਹੁਣ ਜੋੜੇ ਲਾਇਆ ਜਾਂ ਇਹ ਅੱਗੇ ਵੀ ਜੋੜੇ ਦਿਖਾਇਆ ਸੀ ਉਹ ਅੱਗੇ ਵੀ ਇਹ ਹਾਂ ਇਹ ਪੱਠਾ ਫਰੈਸ਼ ਲਾਇਆ ਇਹ ਫਰੈਸ਼ ਹੈ ਨਾ ਹੁਣ ਪਹਿਲੀ ਵਾਰੀ ਬੱਚੇ ਪਾਲੇ ਨਾ ਇਹਨੇ ਨਹੀਂ ਦੋ ਝੋਲੀਆਂ ਪਾਲ ਚੁੱਕੇ ਦੋ ਝੋਲੀਆਂ ਪਾਲ ਚੁੱਕੇ ਆ ਠੀਕ ਹੈ ਠੀਕ ਹੋ ਗਿਆ ਇਹ ਦੇਖੋ ਜੀ ਪੰਜੇ ਇਹ ਕਿੰਨਾ ਇਹ ਪੱਠਾ ਹੀ ਘਰ 41 ਦਾ ਮੈਂ ਇੱਕ ਮਿੰਟ ਜ਼ਰਾ ਇਹਦਾ ਸ਼ੌਕ ਕਰਾ ਲਾ ਇਹੀ ਹੈ ਚਲੋ ਆ ਜਾਓ ਜੀ ਦੋਸਤੋ ਮਜ਼ਾ ਆਇਆ ਜੀ ਤੁਹਾਨੂੰ ਤੇ ਬਾਹਰ ਜਿਹੜਾ ਨਾ ਮੇਰੇ ਖਿਆਲ ਦੇ ਨਾਲ ਜਿਹੜਾ ਸਰਦੀ ਦਾ ਜਿਹੜਾ ਜ਼ੋਰ ਹੈ ਆਹ ਦੇਖੋ ਕਿਆ ਕਹਿੰਦਾ ਸਰਦੀ ਦਾ ਅਤੇ ਇਨਸ਼ਾਅੱਲਾ ਦੋਸਤੋ ਤੁਹਾਡੇ ਨਾਲ ਹੁਣੀ ਫਿਰ ਇਨਸ਼ਾਅੱਲਾ ਕਿਸੇ ਨਾ ਕਿਸੇ ਛੱਤ ਜ਼ਰੂਰ ਲਾਈਵ ਆਵਾਂਗੇ ਉਸ ਸਮਝ ਇਜਾਜ਼ਤ ਜ਼ਰਾ ਇਨਸ਼ਾਅੱਲਾ ਜੱਟ ਸਾਹਿਬ ਦੇ ਨਾਲ ਉਹਨਾਂ ਦੇ ਮੋਬਾਈਲ 'ਤੇ ਜ਼ਰਾ ਗੱਪਸ਼ੱਪ ਲਗਾਉਂਦੇ ਹਾਂ ਸਾਡਾ ਰਿਜ਼ਲਟ ਜ਼ਰਾ ਥੋੜ੍ਹਾ ਜਿਹਾ ਨਾਰਮਲ
ਲਓ ਜੀ ਧੁੰਦ ਛੁੰਦ ਦਾ ਵੀ ਸਿਲਸਿਲਾ ਸ਼ੁਰੂ ਹੋ ਰਿਹਾ ਔਰ ਮੈਂ ਵਟਸਐਪ ਕੋਲੋਂ ਇਜਾਜ਼ਤ ਲੈਣੀ ਹੈ ਇਨਸ਼ਾਅੱਲਾ।